ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਅਤੇ ਪਸ਼ੂ ਪਾਲਕ ਭਰਾਵੋ। ਅੱਜ ਮੈਂ ਜਿਹੜੀਆਂ ਗੱਲਾਂ ਆਪਣੀਆਂ ਰਹਿ ਗਈਆਂ ਸੀ ਪਸ਼ੂ ਪ੍ਰਜਨਨ ਸੰਬੰਧੀ, ਉਹ ਅੱਜ ਅਸੀਂ ਆਪਾਂ ਸਾਂਝੀਆਂ ਕਰਾਂਗੇ ਇਸ ਵੀਡੀਓ ਵਿੱਚ। ਆਪਾਂ ਮੇਨ ਗੱਲਾਂ ਕੀਤੀਆਂ ਸੀਗੀਆਂ ਵੱਛੀਆਂ ਕੱਟੀਆਂ ਦੇ ਭਾਰ, ਖੁਰਾਕ, ਬਿਮਾਰੀਆਂ, ਘਾਟਾਂ ਬਾਰੇ, ਅਤੇ ਉਹਨਾਂ ਦੇ ਜਿਹੜੇ ਲੱਛਣ ਹੁੰਦੇ ਆ ਉਹ ਰਹਿ ਗਏ ਸੀਗੇ, ਨਿਸ਼ਾਨੀਆਂ ਜਿਹੜੀਆਂ ਕਹਿੰਦੇ ਹੁੰਦੇ ਆਪਾਂ, ਅਤੇ ਕਈ ਗੱਲਾਂ ਰਹਿ ਗਈਆਂ ਸੀ ਜਿਹੜੀਆਂ ਆਪਾਂ ਦੱਸਣ ਮੰਨੂ। ਅੱਜ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੀਆਂ ਮੇਨ ਗੱਲਾਂ ਹੁੰਦੀਆਂ। ਜਿਹੜੀ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਵੀ ਫਾਰਮਰ ਦੀ ਕਿੰਨੀ ਕੁ ਸੂਝਬੂਝ ਹੈ, ਉਹ ਨਿਸ਼ਾਨੀਆਂ ਕਿੰਨਾ ਕੁ ਸਮਾਂ ਪਹਿਲਾਂ ਪਤਾ ਲੱਗਦਾ ਉਹਨੂੰ, ਮਤਲਬ ਡਾਕਟਰ ਕਦੋਂ ਬੁਲਾਉਂਦਾ ਉਹ। ਇਹ 'ਚ ਸਿੰਪਲ ਫੰਡਾ ਜਿਹੜਾ ਸਭ ਤੋਂ ਸਿੰਪਲ ਫੰਡਾ ਇਹ ਹੈ ਵੀ ਜਦੋਂ ਪਸ਼ੂ ਬੋਲਦਾ, ਜਿਵੇਂ ਮੰਨ ਚਲੋ ਆਥਣੇ ਬੋਲਦਾ, ਤਾਂ ਉਹਨੂੰ ਸੁਬਾਹ ਇਨਸੈਮੀਨੇਸ਼ਨ ਕਰਾ ਲਓ, ਜੇ ਸੁਬਾਹ ਬੋਲਿਆ ਤਾਂ ਸ਼ਾਮ ਕਰਾ ਲਓ, ਬਸ ਇਹ ਜਿਹੜਾ ਮੇਨ ਫੰਡਾ ਹੁੰਦਾ। ਜੇ ਕੋਈ ਗਾਂ ਲੰਮੀ ਹੀਟ ਰੱਖਦੀ ਹੈ ਤਾਂ ਉਹਨੂੰ 3 ਵਾਰੀ ਜਾਂ 2 ਵਾਰੀ ਟੀਕਾ ਉਹਦੇ ਭਰਾ ਸਕਦੇ ਹਾਂ ਅਸੀਂ, ਉਨੇ ਉਨੇ ਘੰਟਿਆਂ ਦੇ ਵਕਫਿਆਂ ਨਾਲ, ਕਈ 12 ਘੰਟੇ ਜਾਂ 6 ਘੰਟਿਆਂ ਦੇ ਵਕਫਿਆਂ ਨਾਲ ਦੂਜਾ ਟੀਕਾ ਲੱਗ ਜਾਂਦਾ, ਅਤੇ ਤੀਜਾ ਜੇ ਲਵਾਉਣਾ ਜੇ ਜ਼ਿਆਦਾ ਹੋਵੇ ਰਿਪੀਟ ਬਰੀਡਿੰਗ ਜਾਂ ਵੱਡੇ ਹੈ ਭਾਰ ਜ਼ਿਆਦਾ ਹੈ ਗਾਂ ਦਾ, ਤਾਂ ਤੀਜਾ ਇਨਸੈਮੀਨੇਸ਼ਨ ਵੀ ਹੋ ਜਾਂਦਾ, ਨਹੀਂ 2 ਇਨਸੈਮੀਨੇਸ਼ਨ ਕਰਾ ਸਕਦੇ ਹਾਂ ਜੇ ਉਹਦੀ ਹੀਟ ਲੰਮੀ ਹੈ, ਹਾਰਮੋਨ ਇਨਬੈਲੈਂਸ 'ਚ ਹੈ। ਇਸ ਤੋਂ ਬਾਅਦ ਡਾਕਟਰ ਦੀ ਸੂਝਬੂਝ ਹੁੰਦੀ ਹੈ, ਵਧੀਆ ਡਾਕਟਰ ਤੋਂ ਟੀਕਾ ਲਵਾਉਣਾ ਚਾਹੀਦਾ ਜਿਹੜਾ ਵਧੀਆ ਤੁਹਾਡੇ ਸਰਕਾਰੀ ਹਸਪਤਾਲ 'ਚ ਹੈ, ਜਾਂ ਪ੍ਰਾਈਵੇਟ ਵੀ ਵਧੀਆ ਹੁੰਦੇ ਡਾਕਟਰ, ਪਰ ਨਾਈਟ੍ਰੋਜਨ 'ਚ ਹੋਵੇ ਜਿਹੜਾ ਟੀਕਾ ਭਰਦਾ ਉਹ। ਗੰਨ ਵਧੀਆ ਹੋਣੀ ਚਾਹੀਦੀ ਹੈ, ਗੰਨ ਸਾਫ਼ ਹੋਣੀ ਚਾਹੀਦੀ ਹੈ, ਉਹੀ ਗੰਨ ਇੱਕੋ ਗੰਨ ਯੂਜ ਨਾ ਕਰੇ, ਮਤਲਬ ਵੀ ਉਹਦੇ 'ਤੇ ਜ਼ਿਆਦਾ ਸਾੜ ਚੜ੍ਹਾ ਲਏ, ਜੇ ਉਹ ਇੱਕੋ ਹੀ ਗੰਨ ਯੂਜ ਕਰੂਗਾ ਤਾਂ ਬਿਮਾਰੀਆਂ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ। ਮੰਨ ਕੇ ਚੱਲੋ ਜੇ ਕਿਸੇ ਨੂੰ ਕੋਈ ਬੈਕਟੀਰੀਅਲ ਡਿਸੀਜ਼ ਹੈ ਬੱਚੇਦਾਨੀ 'ਚ, ਜੇ ਉਹੀ ਤੁਹਾਡੇ ਫਾਰਮ 'ਚ ਆ ਗਈ ਤਾਂ ਡਾਕਟਰ ਦੇ ਕਾਰਨ, ਤਾਂ ਕਰਕੇ ਉਹਨੂੰ ਸੂਝਬੂਝ ਚੰਗੀ ਨਹੀਂ ਮੰਨੀ ਜਾਂਦੀ। ਅਤੇ ਜਦੋਂ ਇਨਸੈਮੀਨੇਸ਼ਨ ਕਰਨਾ ਉਦੋਂ ਗੁਹਾ ਸਾਫ਼ ਕਰਕੇ ਸਾਰਾ ਵਧੀਆ, ਉਹਦੇ ਤੋਂ ਕੀਟਾਣੂ ਨਹੀਂ ਅੰਦਰ ਜਾਣੇ ਚਾਹੀਦੇ, ਕਿਉਂਕਿ ਬੱਚੇ ਦਾ ਮੂੰਹ ਖੁੱਲ੍ਹਾ ਹੋਣ ਕਾਰਨ ਬੈਕਟੀਰੀਆ ਅੰਦਰ ਜਾਣ ਦਾ ਖਾਸਾ ਰਹਿੰਦਾ, ਜਿਹਦੇ ਕਾਰਨ ਪਰਸੈਂਟੇਜ ਘੱਟ ਜਾਂਦੀ ਹੈ ਰਹਿਣ ਦੀ। ਇਸ ਤੋਂ ਬਾਅਦ ਜਿਹੜੇ ਆ ਜਾਂਦੀ ਹੈ ਐਂਟੀਬਾਇਓਟਿਕਸ, ਆਪਾਂ ਮਾੜਾ ਮੋਟਾ ਪਸ਼ੂ ਬਿਮਾਰ ਹੁੰਦਾ ਐਂਟੀਬਾਇਓਟਿਕਸ ਲਾ ਦਿੰਦੇ ਹਾਂ ਜਾਂ ਘਰ ਹੀ ਲਾ ਦਿੰਦੇ ਹਾਂ, ਨਹੀਂ ਜਾਣਕਾਰੀ ਹੁੰਦੀ, ਉਹ ਡਾਕਟਰ ਦੀ ਸੂਝਬੂਝ ਤੋਂ ਬਿਨਾਂ ਨਹੀਂ ਲਾਉਣੇ ਚਾਹੀਦੇ। ਜੇ ਵਧੀਆ ਸੂਝਬੂਝ ਹੈਗੀ ਆ ਤੁਹਾਨੂੰ, ਫਿਰ ਹੀ ਤੁਸੀਂ ਐਂਟੀਬਾਇਓਟਿਕਸ ਯੂਜ ਕਰ ਸਕਦੇ ਹੋ, ਨਹੀਂ ਉਹਨਾਂ ਨੂੰ ਨਾ ਕਰਿਆ ਕਰੋ, ਉਹਨਾਂ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ। ਉਹ ਗਾਹਾਂ ਆਪਣੇ 'ਚ ਵੀ ਆਉਂਦੇ ਆ, ਗਾਹਾਂ ਮਿੱਟੀ 'ਚ ਵੀ ਜਾਂਦੇ ਆ ਉਹ, ਕਿਉਂਕਿ ਉਹ ਮਾਰਨ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਉਹਦੇ 'ਚ, ਜਿਹੜੇ ਉਹਨਾਂ 'ਚ ਐਂਟੀਬਾਇਓਟਿਕਸ ਬਣਾਏ ਹੁੰਦੇ ਆ ਉਹ ਖਤਰਨਾਕ ਹੋ ਜਾਂਦੇ ਕਈ ਵਾਰ, ਉਹਨਾਂ ਦੀ ਸ਼ਮਤਾ ਵੀ ਘੱਟ, ਜਿਹੜੇ ਬੈਕਟੀਰੀਆ ਦੀ ਸ਼ਮਤਾ ਵੱਧ ਜਾਂਦੀ ਉਹਨਾਂ ਦੀ ਘੱਟ ਜਾਂਦੀ ਹੈ, ਜੇ ਜ਼ਿਆਦਾ ਵਾਰ ਯੂਜ ਕਰੇ ਉਹ ਵੀ ਇੰਨੇ ਘੱਟ ਯੂਜ ਕਰਨੇ ਚਾਹੀਦੇ ਆ। ਇਸ ਤੋਂ ਬਾਅਦ ਨਾ ਰਹਿਣ ਦਾ ਕਾਰਨ ਇਹ ਹੁੰਦਾ, ਕਈ ਵਾਰ ਪਸ਼ੂ ਜਮਾਂਦਰੂ ਹੀ ਬਾਂਝਪਣ ਦਾ ਸ਼ਿਕਾਰ ਹੁੰਦਾ, ਉਹਦੇ ਜਮਾਂਦਰੂ ਹੀ ਬੱਚੇਦਾਨੀ 'ਚ ਨੁਕਸ ਹੁੰਦਾ ਜਾਂ ਹੁੰਦੀ ਨਹੀਂ ਗੀ। ਕਈ ਵਾਰ ਜਦੋਂ ਕੋਈ ਜੋੜਾ ਪਸ਼ੂ ਹੁੰਦਾ ਕੱਟਾ ਅਤੇ ਕੱਟੀ ਇਕੱਠੇ ਹੋਣ, ਉਦੋਂ 100% 99% ਇਹੀ ਹੁੰਦਾ ਵੀ ਉਹਨਾਂ ਦੇ ਬੱਚੇਦਾਨੀ ਨਹੀਂ ਹੁੰਦੀ, ਉਹ ਕੱਢ ਦੇਣੇ ਚਾਹੀਦੇ ਫਾਰਮ 'ਚੋਂ, ਉਹਨਾਂ ਨੇ ਕਦੇ ਵੀ ਬੱਚਾ ਕਨਸੀਵ ਨਹੀਂ ਕਰਨਾ ਕਿਉਂਕਿ ਉਹ 'ਚ ਬੱਚੇਦਾਨੀ ਨਹੀਂ ਹੁੰਦੀ, ਇਹ ਜਮਾਂਦਰੂ ਹੋ ਗਿਆ। ਜਾਂ ਕਈ ਵਾਰ ਡਾਕਟਰ ਭਰੂਣ ਤਬਾਦਲਾ ਵੀ ਕਰ ਲੈਂਦੇ ਆ, ਉਹ ਥੋੜ੍ਹੀ ਜਿਹੀ ਹਾਈਫਾਈ ਤਕਨੀਕ ਹੈ, ਉਹਦੇ ਬਾਰੇ ਕਦੇ ਫੇਰ ਵੀਡੀਓ 'ਚ ਦੱਸਾਂਗੇ। ਅਤੇ ਹੋਰ ਗੱਲਾਂ ਜਿਵੇਂ ਘਾਟਾਂ ਬਾਰੇ ਦੱਸਿਆ ਸੀਗਾ ਤੁਹਾਨੂੰ, ਘਾਟਾਂ ਮੇਨ ਮੇਨ ਕਿਹੜੀਆਂ ਹੁੰਦੀਆਂ ਹੈਗੀਆਂ ਉਹ ਤੁਸੀਂ ਜਾਣ ਹੀ ਲਈਆਂ। ਲਘੂ ਤੱਤਾਂ ਦੀ ਘਾਟ, ਜਿਹੜੀ ਔਰਗੈਨਿਕ ਟਰੇਸ ਮਿਲਣ ਨਾਲ ਅੱਜ ਕੱਲ੍ਹ ਮਹਿੰਗੇ ਬਹੁਤ ਮਿਲਦੇ ਆ, 450 ਨੂੰ ਜਾਂ 500 ਨੂੰ ਕਿਲੋ ਮਿਲਦੇ ਆ, ਉਹ ਜ਼ਰੂਰ ਦੇਣੇ ਚਾਹੀਦੇ ਆ, ਕਿਉਂਕਿ ਕਈਆਂ ਦੁਕਾਨਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਇਹ ਹੁੰਦੇ ਹੈਗੇ ਆ ਕਿ ਨਹੀਂ, ਫਾਰਮਰ ਨੂੰ ਇਹ ਨਹੀਂ ਪਤਾ ਵੀ ਔਰਗੈਨਿਕ ਟਰੇਸ ਮਿਲਣ ਨਾਲ ਕੀ ਹੈ, ਉਹਨਾਂ ਦੀ ਬਹੁਤ ਭੂਮਿਕਾ ਹੈਗੀ, ਜੇ ਉਹ ਮਿਲਣਗੇ ਪਸ਼ੂਆਂ ਨੂੰ ਤਾਂ ਤੁਹਾਡਾ ਅੱਧੇ ਜਿਹੜੇ ਬਿਮਾਰੀਆਂ ਦੇ ਹੱਲ ਹੋ ਜਾਂਦੇ ਆ, ਅਤੇ ਘਾਟਾਂ ਦੇ ਹੱਲ ਹੋਣ ਲੱਗ ਜਾਂਦੇ ਆ। 10 ਗ੍ਰਾਮ ਡੇਲੀ ਪੈਂਦਾ ਉਹ ਜ਼ਰੂਰ ਪਾਓ ਔਰਗੈਨਿਕ ਟਰੇਸ ਮਿਲਣ ਨਾਲ, ਕਿਸੇ ਵੀ ਕੰਪਨੀ ਦਾ ਵਧੀਆ, ਕਾਰਗਿਲ ਦਾ ਵਧੀਆ ਮਿਲ ਜਾਂਦਾ, ਹੋਰ ਜਿਹੜੀ ਕੰਪਨੀ ਤੁਹਾਨੂੰ ਵਧੀਆ ਮਿਲਦਾ ਉਹ ਤੁਸੀਂ ਪਾ ਸਕਦੇ ਹੋ। ਇੱਕ ਮੇਨ ਨਿਸ਼ਾਨੀ ਜਿਹੜੀ ਹੈਗੀ ਆ ਗੂੰਗਾ ਹੇਹਾ ਹੋ ਜਾਂਦਾ, ਉਹਦੇ ਵਾਸਤੇ ਤੁਸੀਂ ਹੀਟ ਸਾਈਕਰੋਨਾਈਜੇਸ਼ਨ ਜਿਹੜੀ ਪਹਿਲੀ ਵੀਡੀਓ 'ਚ ਵੀ ਦੱਸਿਆ ਮੈਂ, ਉਹ ਤੁਸੀਂ ਜ਼ਰੂਰ ਫੋਲੋ ਅਪ ਕਰੋ। ਜੇ ਤੁਹਾਨੂੰ ਲੱਗਦਾ ਵੀ ਪਸ਼ੂ ਤਾਰਾਂ ਦਿੰਦਾ ਹੈਗਾ, ਬੋਲਦਾ ਨਹੀਂ ਗਾ, ਪਰ ਮਾੜੀਆਂ ਮੋਟੀਆਂ ਵੀ ਤਾਰਾਂ ਤੁਸੀਂ ਦੇਖ ਲਈਆਂ, ਤਾਰਾਂ ਤੁਸੀਂ ਸ਼ਾਮ ਨੂੰ ਦੇਖੋ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਦੇਖੋ, ਬਹੁਤ ਘਟਾਲਾ ਜਿਹਨੂੰ ਆਉਂਦੇ ਆ, ਅਤੇ ਜਾਂ ਸੂਰਜ ਢਾਲਣ ਤੋਂ ਬਾਅਦ, ਕਿਉਂਕਿ ਉਦੋਂ ਹੀਟ 'ਚ ਜ਼ਿਆਦਾ ਹੁੰਦੇ ਆ ਪਸ਼ੂ। ਅਤੇ ਮੇਨ ਜਿਹੜੀ ਹੈਗੀ ਆ ਹੀਟ ਸਾਈਕਰੋਨਾਈਜ਼ੇਸ਼ਨ, ਹੇਹਾ ਸਮਕਾਲੀ ਨਾ ਦੇ ਇਹਨੂੰ, ਜੋ ਗੂੰਗਾ ਹੇਹਾ ਹੋਵੇ ਉਦੋਂ ਇਹ ਕਰਾਇਆ ਜਾਂਦਾ ਗਾ। ਹਾਰਮੋਨ ਥੈਰੇਪੀ ਵੀ ਹੁੰਦੀ ਹੈ ਇਹ, ਗੈਨਾਰੇ 'ਚ ਪ੍ਰੋ ਗੈਸਟਰੋਲਿਨ, ਇਹੋ ਜਿਹੇ ਕਈ ਟੀਕੇ ਲੱਗਦੇ ਆ।
ਜਿਨ੍ਹਾਂ ਨਾਲ ਪਸ਼ੂ ਨੂੰ ਜਿਹੜੇ ਐਸਟ੍ਰੋਜਨ ਹਾਰਮੋਨ ਹੈ ਪ੍ਰੋਜੈਸਟਰੋਨ ਉਹਨਾਂ ਦੁਆਰਾ ਹੀਟ 'ਚ ਲਿਆਏ ਜਾਂਦੇ ਆ ਪਸ਼ੂ। ਅਤੇ ਪਸ਼ੂ ਜਿਹੜਾ ਜੇ ਤੁਸੀਂ ਫਾਰਮ ਦੇਖਣਾ ਵੀ ਸਾਡਾ ਪੋਜ਼ੀਟਿਵ ਜਾ ਰਿਹਾ ਜਾਂ ਗ੍ਰਾਫ ਨੈਗੇਟਿਵ ਜਾ ਰਿਹਾ, ਉਹ ਤੁਸੀਂ ਸਿੱਧਾ ਅੰਦਾਜ਼ਾ ਲਾ ਸਕਦੇ ਹੋ ਵੀ ਤੁਹਾਡਾ ਪਸ਼ੂ 60 ਦਿਨਾਂ ਬਾਅਦ AI ਦੇ ਕਾਬਲ ਹੋ ਜਾਵੇ ਸੂਣ ਤੋਂ। ਜੋ ਸੂਪਿਆ ਉਹਨੂੰ 60 ਦਿਨਾਂ ਬਾਅਦ ਜ਼ਰੂਰ ਉਹਦੀ AI ਕਰਾਓ, ਭਾਵੇਂ ਜੇ ਉਹਨੂੰ ਦੇਖੋ ਵੀ ਆਉਂਦਾ ਕਿਉਂ ਨਹੀਂ ਹੀਟ 'ਚ ਉਹਦਾ, ਜਾਂ ਫਿਰ ਹੇਹਾ ਸਮਕਾਲੀਨ ਕਰਾ ਲਓ, ਕਿਉਂਕਿ ਉਹਨਾਂ ਪੈਸੇ ਬਚਦੇ ਆ ਅਤੇ ਪਸ਼ੂ ਦੀ ਸਿਹਤ ਜਿਹੜੀ ਬਰਕਰਾਰ ਰਹਿੰਦੀ ਹੈ, ਦੁੱਧ ਵੀ ਉਵੇਂ ਆਈ ਜਾਂਦਾ ਪਸ਼ੂ ਦਾ, ਤਾਂ ਕਰਕੇ ਇਹ 'ਚ ਆਪਾਂ ਨੂੰ ਫਾਇਦਾ ਹੈਗਾ। ਇਹ ਜ਼ਰੂਰ ਤੁਸੀਂ ਨੁਕਤਾ ਨੋਟ ਕਰੋ, ਹੇਹਾ ਸਮਕਾਲੀਨ ਜਿਹਨੂੰ ਆਉਂਦੇ ਆ, ਕਿਉਂਕਿ ਬਹੁਤ ਇਹ ਪਿੰਡਾਂ 'ਚ ਨਹੀਂ ਪਤਾ ਹੁੰਦਾ ਫਾਰਮਰ ਨੂੰ, ਇਹਨੂੰ ਹੇਹਾ ਸਮਕਾਲੀਨ ਆਉਂਦੇ ਆ। ਇਹ ਆਪਾਂ ਕੁਦਰਤੀ ਤੌਰ 'ਤੇ ਹੀਟ ਲਿਆ ਸਕਦੇ ਹਾਂ ਪਸ਼ੂ ਦੇ ਵਿੱਚ। ਹੋਰ ਜਿਹੜੇ ਫੰਡੇ ਹੈਗੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਜਿਹੜੇ ਤੁਹਾਡੇ ਸਵਾਲ ਆ ਉਹ ਦੱਸ ਸਕਦੇ ਹੋ, ਆਪਾਂ ਉਹਨਾਂ ਦੇ ਜਵਾਬ ਜ਼ਰੂਰ ਦੇਵਾਂਗੇ ਜਿੰਨੀ ਆਪਾਂ ਨੂੰ ਸੂਝਬੂਝ ਹੈ, ਕਿਉਂਕਿ ਮੈਂ ਵੀ ਇੱਕ ਸਟੂਡੈਂਟ ਹਾਂ, ਮੈਂ ਪੜ੍ਹਦਾ ਰਹਿੰਦਾ ਗਾ ਇਸ 'ਚ ਇਹ ਗੱਲਾਂ ਬਾਰੇ, ਤਾਂ ਕਰਕੇ ਤੁਸੀਂ ਆਪਣੇ ਕਮੈਂਟ ਜਿਹੜੇ ਕੀਮਤੀ ਹੁੰਦੇ ਆ ਉਹ ਜ਼ਰੂਰ ਮੈਨਸ਼ਨ ਕਰਿਆ ਕਰੋ ਮੈਨੂੰ, ਮੈਂ ਇਹਨਾਂ ਦੇ ਜਵਾਬ ਦੇਣ 'ਚ ਜ਼ਰੂਰ ਰੁਚੀ ਰੱਖਦਾ ਹਾਂ। ਅਤੇ ਧੰਨਵਾਦ ਪਸ਼ੂ ਪਾਲਕ ਵੀਰੋ, ਫਿਰ ਕਦੇ ਨਵੀਂ ਵੀਡੀਓ ਨਾਲ ਮਿਲਦੇ ਹਾਂ, ਇਹਨਾਂ ਹੋਰ ਗੱਲਾਂ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਧੰਨਵਾਦ ਜੀ।